ਹਾਂ ਸਤਸੰਗ ਇਹ ਹੈ ਕਿ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਮੇਸ਼ਾ ਇਸ ਡੇਰੇ ਦੇ ਖਿਲਾਫ ਰਹੀ ਹੈ, ਕਿਉਂ ਕਰਕੇ ਅਸੀਂ ਸਮਝਦੇ ਹਾਂ ਕਿ ਗਵਰਨਮੈਂਟ ਆਫ ਇੰਡੀਆ ਜਿਹੜੀ ਹਿੰਦੁੱਤਵ ਜਮਾਤ ਹੈ, ਇਸ ਨੇ ਸਿੱਖੀ ਨੂੰ ਕਮਜ਼ੋਰ ਕਰਨ ਦੇ ਲਈ ਡੇਰੇਦਾਰ ਬਣਾਏ ਹੈ, ਜਿਵੇਂ ਨਿਰੰਕਾਰੀ ਬਣਾਏ ਸੀਗੇ, ਫਿਰ ਭਣਿਆਰੇ ਵਾਲਾ ਬਣਾਇਆ ਸੀਗਾ, ਫਿਰ ਨੂਰ ਮਹਿਲੀਆ ਬਣਾਇਆ ਸੀਗਾ, ਫਿਰ ਜਿਵੇਂ ਸਰਸੇ ਵਾਲਾ ਬਣਾਇਆ ਸੀਗਾ, ਅਤੇ ਸਾਰੇ ਡੇਰਿਆਂ ਦਾ ਅੰਤ ਹੋ ਚੁੱਕਾ। ਸਿੱਖਾਂ ਦੇ ਨਾਲ ਕੰਪੀਟ ਕਰਨਾ ਬਹੁਤ ਮੁਸ਼ਕਲ ਹੈ। ਟਾਈਮ ਟਾਈਮ ਦੇ ਨਾਲ ਸਾਰੇ ਡੇਰੇ ਇਹ ਖਤਮ ਹੋ ਰਹੇ ਹੈ, ਅਤੇ ਹਿੰਦੂ ਸਿਆਸਤ ਨੂੰ ਇਹ ਗੱਲ ਮਿਟਾ ਦੇਣੀ ਚਾਹੀਦੀ ਹੈ ਕਿ ਸਿੱਖਾਂ ਦੇ ਖਿਲਾਫ ਕੋਈ ਡੇਰੇ ਅਤੇ ਜਾਂ ਕੋਈ ਨਾਰਾਜ਼ ਆਦਮੀ ਸਾਧ ਸੂਧ ਉਹਨਾਂ ਨੂੰ ਡੇਰੇ ਬਣਾ ਕੇ ਅਤੇ ਸਿੱਖਾਂ ਦੇ ਖਿਲਾਫ ਵਰਤਿਆ ਜਾਵੇ। ਦੂਸਰੀ ਗੱਲ ਹੈ ਕਿ ਜਿਹੜਾ ਰਾਮ ਰਹੀਮ ਹੈ, ਇਸ ਨੇ ਬਹੁਤ ਜਬਰ ਕੀਤਾ ਹੈਗਾ, ਪਰ ਇਹਦੇ ਗੋਡਿਆਂ ਨੂੰ ਹੱਥ ਕੈਪਟਨ ਅਮਰਿੰਦਰ ਸਿੰਘ, ਬਾਦਲ ਸਾਹਿਬ, ਚੌਟਾਲਾ ਸਾਹਿਬ, ਖੱਟਰ ਸਾਹਿਬ, ਜਿੰਨੇ ਵੀ ਸਾਹਿਬ BJP RSS ਦੇ ਹੈ, ਕਾਂਗਰਸ ਦੇ ਹੈ, BJP ਬਾਦਲ ਦੇ ਹੈ, ਇਹ ਸਾਰੇ ਇਸ ਸਾਹਿਬ ਦੇ ਗੋਡੇ ਫੜ ਕੇ ਬੈਠਦੇ ਸੀਗੇ। ਹੁਣ ਵੀ ਜਦੋਂ ਇਸ ਨੂੰ ਸਜ਼ਾ ਹੋਣੀ ਸੀਗੀ, ਉਸ ਤੋਂ ਇੱਕ ਦਿਨ ਪਹਿਲਾਂ ਬਾਦਲ ਸਾਹਿਬ ਨੇ ਬਿਆਨ ਦਿੱਤਾ ਇਹਨਾਂ ਦੀ ਪਾਰਟੀ ਨੂੰ ਕਿ ਅਸੀਂ ਸਰਸੇ ਦੇ ਡੇਰੇ ਦੇ ਰਾਮ ਹਰੀਮ ਦੇ ਨਾਲ ਖੜ੍ਹੇ ਹਾਂ ਚਟਾਨ ਵਰਗਣ, ਔਰ ਇਸ ਚੀਜ਼ ਕਰਕੇ ਇਹ ਮਸਤੀ ਦੇ ਵਿੱਚ ਆ ਗਿਆ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਕਲ ਵੀ ਲਾਉਣ ਲੱਗ ਪਿਆ, ਇੱਥੋਂ ਤੱਕ ਪਹੁੰਚ ਗਿਆ ਸੀਗਾ। ਹੁਣ ਦੂਸਰੀ ਗੱਲ ਹੈ ਕਿ ਜਿਹੜਾ ਸਾਧ ਨੂੰ 20 ਸਾਲ ਸਜ਼ਾ ਮਿਲ ਗਈ ਹੈ, ਇਸ ਨੇ ਮਾੜੇ ਕੀਤੇ ਸੀਗੇ ਕੰਮ, ਪਰ ਜਿਹੜੇ ਡੇਰੇ ਦੇ ਵਿੱਚ ਗਰੀਬ ਸਿੱਖ ਇਹਦੇ ਤੋਂ ਭੌਂਕ ਕੇ ਗੌਰਮੈਂਟ ਆਫ ਇੰਡੀਆ ਦੇ ਅਸਰ ਦੇ ਨਾਲ ਇਹਦੇ ਨਾਲ ਲੱਗ ਗਏ ਸੀ, ਉਹਨਾਂ ਦਾ ਕਸੂਰ ਕੋਈ ਨਹੀਂ ਹੈ। ਸਾਡਾ ਜਿਹੜਾ ਧਰਮ ਹੈ ਇਹ ਸਮਾਜਵਾਦੀ ਵੀ ਹੈ। ਗੁਰੂ ਨਾਨਕ ਸਾਹਿਬ ਨੇ ਨੀਚ ਤੋਂ ਨੀਚ ਨੂੰ ਇਸ ਧਰਮ ਦੇ ਨਾਲ ਮਿਲਾਇਆ, ਔਰ ਦੁਨੀਆ ਦੇ ਬੜੇ ਵੱਡੇ ਇਤਿਹਾਸਕਾਰ ਆਰਨਲਡ ਟੋਇਨ ਵੀ ਕਹਿੰਦੇ ਹੈ ਕਿ ਜਿਹੜੀ ਵੀ ਕਿਤਾਬ ਦਾ